ਕਹਿੰਦਾ ਹੁੰਦਾ ਸੀ ਕਿ ਮੈਂ ਕਦੇ ਸੁਖਬੀਰ ਬਾਦਲ ਕਦੇ ਕੈਪਟਨ ਕਦੇ ਚੰਨੀ ਵਰਗੇ ਧਨੌਲੇ ਬਰਨਾਲੇ ਸਰੂਰ ਬਸ ਤੇ ਜਾ ਕੇ ਦਿਖਾਉਣ ਬਿਨਾਂ ਸਿਕਿਉਰਿਟੀ ਤੋਂ ਹੁਣ ਤੂੰ ਆ ਜੀ ਲੋਕ ਢੱਡਾ ਗੁਣੀ ਬੈਠੇ ਆ ਤੇਰਾ ਨਾਮ ਲੈਣਗੇ ਉਹ ਗੱਲਾਂ ਨੇ ਬਾਈ ਸਾਡਾ ਕੋਈ ਨਿੱਜੀ ਵਿਰੋਧ ਨਹੀਂ ਹੈ ਮੇਰਾ ਮਿੱਤਰ ਵੀ ਰਿਹਾ ਹੈ ਜੀ ਗਾਜੀ ਪਰ ਜੇ ਅਸੀਂ ਵੀ ਚਾਹੁੰਦੇ ਇਹਨਾਂ ਵੱਲੋਂ ਕਦੇ ਚੋਣ ਲੜ ਕੇ ਐਮਐਲਏ ਬਣ ਸਕਦੇ ਸੀ ਪਰ ਨਹੀਂ ਇਹ ਮੈਂ ਵੋਟਾਂ ਤੋਂ ਪਹਿਲਾਂ ਹੀ ਕਹਿੰਦਾ ਰਿਹਾ ਕਿ ਦਿੱਲੀ ਤੋਂ ਚੱਲਣੀ ਆ ਸਰਕਾਰ ਛੱਡੇ ਨੇ ਕੇਜਰੀਵਾਲ ਨੇ ਨਾਗਪੁਰ ਤੋਂ ਚੱਲਣੀ ਆ ਸਰਕਾਰ ਆਰ ਐਸ ਐਸ ਦੀ ਬੀ ਟੀਮ ਹੈ ਇਹ ਰਾਤ ਬਠਿੰਡੇ ਢਾਈ ਵਜੇ ਸਾਡੇ ਪੁਲਿਸ ਵਾਲੇ ਵਿਹਲੀ ਆ ਮੁੰਡੇ ਦੱਸਦੇ ਕਹਿੰਦੇ ਬਾਈ ਰਾਤ ਢਾਈ ਵਜੇ ਡਿਊਟੀ ਲੱਗਿਆ ਸੰਦੂਰ ਜਾਣਾ ਹੈ ਸਾਰੇ ਪੰਜਾਬ ਦੀ ਪੁਲਿਸ ਸੰਦੂਰ ਆਈ ਵੀ ਹੈ ਐਡਾ ਕੀ ਖਤਰਾ ਖੜਾ ਹੋ ਗਿਆ ਯਾਰ ਤੁਸੀਂ ਤਾਂ ਆਮ ਬੰਦੇ ਹੋ ਲੋਕਾਂ ਜਾਣ ਵਾਲੇ ਹੋ ਭਵੰਤ ਤਾਂ ਕਹਿੰਦੇ ਐ ਕਹਿੰਦਾ ਹੁੰਦਾ ਸੀਗਾ ਕਿ ਅਸੀਂ ਲੋਕਾਂ ਨੂੰ ਸਵਾਲ ਕਰਨ ਵਾਲੀ ਅਸੀਂ ਤਿਆਰ ਕੀਤਾ ਲੋਕਾਂ ਨੂੰ ਸਵਾਲ ਜਵਾਬ ਕਰਨ ਦੇ ਲਈ ਅਸੀਂ ਲੋਕ ਹਾਂ ਭਵਕੜਾ ਸਾਡੇ ਹੁਣ ਭਵਕੜਾ ਉਡਾ ਦੋ ਵੀ ਲੱਗ ਗਏ ਕੋਈ ਵੀ ਨੀ ਚੱਕਦਾ ਬਾਈ ਇਹੀ ਹੈ ਨਾ ਭਵੰਤ ਨੇ ਕਦੇ ਕਿਹਾ ਸੀ ਕਹਿੰਦਾ ਮੈਂ ਕਦੇ ਸੱਥ ਚ ਖੜ ਗਿਆ ਕਹਿੰਦਾ ਮੈਨੂੰ ਬਾਪੂ ਮੇਰੇ ਕੋਲ ਆਇਆ ਕਹਿੰਦਾ ਇਹਨੂੰ ਹੱਥ ਲਾ ਕੇ ਦੇਖਿਆ ਹੈ ਵੀ ਸੁਪਨਾ ਤਾਂ ਨੀ ਕਦੇ ਦੇਖਦਾ ਕਹਿੰਦਾ ਦੇਖਿਆ ਵੀ ਨਹੀਂ ਭਵੰਤੀ ਹੈ ਕਹਿੰਦਾ ਉਦੋਂ ਬਾਅਦ ਉਹਦੇ ਅੱਖਾਂ ਚ ਕਹਿੰਦਾ ਅੱਥਰੂ ਆ ਗਏ ਕਹਿੰਦਾ ਮੈਂ ਪੁੱਛਿਆ ਬਾਪੂ ਰੋਨਾ ਕਿਉਂ ਹੈ ਕਹਿੰਦਾ ਅੱਜ ਸੱਚੀ ਮੁੱਚੀ ਮੈਂ ਐਮਪੀ ਦੇਖਿਆ ਹੁਣ ਫਿਰ ਮੁੱਖ ਮੰਤਰੀ ਨੂੰ ਦੇਖ ਲੈ ਲੋਕ ਆ ਜਾਏ ਯਾਰ ਬਾਪੂ ਨੇ ਕਿਹਾ ਕਿ ਅੱਕ ਗਏ ਪਹਿਲੀ ਸਰਕਾਰ ਹੋਣੀ ਆ ਤਿੰਨਾਂ ਮਹੀਨਿਆਂ ਚ ਲੋਕ ਅੱਕ ਗਏ ਕਿਉਂ ਅੱਕ ਗਏ ਕਿਉਂਕਿ ਲੋਕ ਸਮਝਦਾਰ ਨੇ ਸੱਤ ਬੰਦੇ ਰਾਜ ਸਭਾ ਭੇਜੇ ਆ ਇਹਨਾਂ ਨੂੰ ਸਵਾਲ ਪੁੱਛ ਲਿਓ ਕਿ ਤੁਹਾਡਾ ਅੱਠਵਾਂ ਬੰਦਾ ਭੇਜ ਦਿਆਂਗੇ ਕੀ ਸੱਤੇ ਬੰਦੇ ਪੰਜਾਬ ਦੀ ਗੱਲ ਕਰਨ ਵਾਲੇ ਹੈਗੇ ਕੀ ਜ਼ਰੂਰਤ ਹੈਗੀ ਕਿ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਰਾਜ ਸਭਾ ਲੋਕ ਸਭਾ ਕਰ ਦੇਣ ਜਾ ਕੇ ਜਿੱਥੇ ਮੋਦੀ ਦੇ ਸ਼ਾਹ ਬੈਠੇ ਹੋਏ ਇਹ ਕਹਿ ਦੇਣ ਹਿੱਕ ਠੋਕ ਕੇ ਕਿ ਜੇ ਤੁਸੀਂ ਰਾਜੀਵ ਗਾਂਧੀ ਦੇ ਕਾਤਲ ਰਿਹਾ ਕਰ ਸਕਦੇ ਹੋ ਸਾਡੇ ਬੰਦਿਆਂ ਨੂੰ 20 ਸਾਲ ਕੈਦਾਂ ਹੋਈਆਂ 40-40 ਸਾਲ ਕੱਟ ਲਏ ਕਿਉਂ ਨੀ ਛੱਡ ਰਹੇ ਕੀ ਜ਼ਰੂਰਤ ਹੈਗੀ ਕੀ ਜ਼ਰੂਰਤ ਹੈਗੀ ਕਿ 1957 ਤੋਂ ਬਾਅਦ ਸਾਡਾ ਪਾਣੀ ਲੁੱਟ ਕੇ ਦੂਜੇ ਸੂਬਿਆਂ ਨੂੰ ਦੇਤਾ ਰਾਸਤਾ ਨੂੰ ਦੇਤਾ ਹੋਰਾਂ ਨੂੰ ਦੇਤਾ ਉਹਦਾ ਇੱਕ ਵੀ ਪੈਸਾ ਸਾਨੂੰ ਮਿਲਿਆ ਨਹੀਂ ਉਹ ਪੈਸੇ ਮਿਲਣੇ ਚਾਹੀਦੇ ਆ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਜਾਣ ਬੁੱਝ ਕੇ ਕੇਸ ਹਾਰੀ ਆ ਸਰਕਾਰ ਆਹੀ ਪੁੱਛ ਲਓ ਜਿਹਦੇ ਆਏ ਕਿ ਜਿੱਦੇ ਕੇਂਦਰ ਦਾ ਵਕੀਲ ਜੈਨ ਇਹ ਵਕਾਲਤ ਕਰ ਰਿਹਾ ਸੀਗਾ ਹਾਈਕੋਰਟ ਦੇ ਜੱਜ ਦੇ ਅੱਗੇ ਖੜਾ ਕਿ ਪੰਜਾਬ ਕੋਲੇ ਪੈਸੇ ਹੈ ਨੀ ਪੰਜਾਬ ਦਾ ਦਿਵਾਲੀਆ ਨਿਕਲ ਗਿਆ ਪੰਜਾਬ ਮਲੰਗ ਹੋ ਗਿਆ ਪੰਜਾਬ ਕੋਲ ਜੋਗ ਨੀ ਪੰਜਾਬ ਯੂਨੀਵਰਸਿਟੀ ਚਲਾਉਣ ਦੇ ਇਹ ਯੂਨੀਵਰਸਿਟੀ ਖੋ ਕੇ ਕੇਂਦਰ ਨੂੰ ਦੇ ਦਿਓ ਉਹਦੇ ਸੋਡਾ ਵਕੀਲ ਕਿੱਥੇ ਸੀ ਸੋਡਾ ਐਡਵੋਕੇਟ ਜਨਰਲ ਕਿੱਥੇ ਸੀ ਤੁਹਾਡੇ ਸਰਕਾਰੀ ਵਕੀਲਾਂ ਦੀ ਟੀਮ ਕਿੱਥੇ ਸੀ ਕਿਉਂ ਨੀ ਇਹ ਵਕਾਲਤ ਕੀਤੀ ਕਿ ਇਹ ਯੂਨੀਵਰਸਿਟੀ ਪੰਜਾਬ ਦੇ ਸਿਰ ਦਾ ਤਾਜ ਹੈ ਇਹ ਪੰਜਾਬੀਆਂ ਦਾ ਮਾਨ ਹੈ ਇਹ ਕਿਸੇ ਵੀ ਕੀਮਤ ਦੇ ਉੱਤੇ ਨਹੀਂ ਜਾਣੀ ਚਾਹੀਦੀ ਕਿਸੇ ਐਮਐਲਏ ਕਿਸੇ ਮੰਤਰੀ ਕਿਸੇ ਮੁੱਖ ਮੰਤਰੀ ਦਾ ਬਿਆਨ ਤੱਕ ਨਹੀਂ ਆਇਆ ਕਿ ਯੂਨੀਵਰਸਿਟੀ ਅਸੀਂ ਜਾਣ ਨਹੀਂ ਦੇਵਾਂਗੇ ਆਹ 7-8 ਦਿਨ ਹੋ ਗਏ ਮੈਨੂੰ ਫਿਰਦੇ ਨੂੰ ਇੱਧਰ ਮੈਂ ਪਧਾਰ ਬੋਲਿਆ ਇੱਕ ਦਿਨ ਆ ਕੇ ਦੂਜੇ ਦਿਨ ਮੀਤ ਹੇਰ ਦਾ ਬਿਆਨ ਆਇਆ ਕਿ ਯੂਨੀਵਰਸਿਟੀ ਦਾ ਕੇਂਦਰੀਕਰਨ ਨਹੀਂ ਹੋਣ ਦੇਵਾਂਗੇ ਬਸ ਇਕੱਲਾ ਬਿਆਨ ਸੋਲੇ ਪਹਿਲਾਂ ਵਾਲੇ ਮਤੇ ਦਾ ਕੀ ਬਣਿਆ ਉਹ ਕਿੱਥੇ ਪਿਆ ਕਿਹੜੀ ਅੱਧੀ ਟੋਕਰੀ ਚ ਪਿਆ ਰਾਜਪਾਲ ਦੀ ਚ ਇਹ ਇਕੱਲੇ ਮਤੇ ਹੀ ਪਾਉਣਗੇ ਇਕੱਲੇ ਬਿਆਨ ਹੀ ਦੇਣਗੇ ਲੜਨ ਦੀ ਜ਼ਰੂਰਤ ਨਹੀਂ ਲੜਨ ਦੀ ਜ਼ਰੂਰਤ ਸਿੱਖੋ ਸਟਾਲਣ ਵਰਗਿਆਂ ਤੋਂ ਸਟਾਲਣ ਹੈ ਮੁੱਖ ਮੰਤਰੀ ਤਾਮਿਲ ਨਾਡੂ ਦਾ ਮੋਦੀ ਗਿਆ ਮਦਰਾਸ ਜਾ ਕੇ ਬੋਲਿਆ ਮੋਦੀ ਨੇ ਵਕਾਲਤ ਕੀਤੀ ਹਿੰਦੀ ਦੀ ਸਟਾਲਣ ਉੱਠਿਆ ਸਟੇਜ ਤੇ ਆਇਆ ਸਪੀਕਰ ਫੜਿਆ ਮੈਕ ਫੜਿਆ ਕਹਿੰਦਾ ਮੋਦੀ ਸਾਹਿਬ ਅਸੀਂ ਤਾਮਿਲ ਹੁੰਦੇ ਹਾਂ ਸਾਡੀ ਮਾਂ ਬੋਲੀ ਤਾਮਿਲ ਹੈ ਸਾਨੂੰ ਤਾਮਿਲ ਹੋਣ ਤੇ ਮਾਣ ਹੈ ਸਾਡੇ ਉੱਤੇ ਹਿੰਦੀ ਨਾ ਥੋਪੀ ਜਾਵੇ ਇਹ ਹੁੰਦੀਆਂ ਨੇ ਜ਼ਰੂਰਤਾਂ ਇਹ ਹੁੰਦੀਆਂ ਆਪਣੇ ਕੌਮ ਆਪਣੇ ਖਿੱਤੇ ਆਪਣੇ ਸਭਿਅਤਾ ਦੀ ਗੱਲ ਕਰਨਾ ਇਹ ਜਾਂਦੇ ਆ ਫੁੱਲਾਂ ਦੇ ਬੁੱਕੇ ਗੁਲਦਸਤੇ ਲੈ ਕੇ ਮੋਦੀ ਸ਼ਾਹ ਵਰਗਿਆਂ ਕੋਲੇ ਚਾਹ ਦਾ ਗਲਾਸ ਪੀ ਕੇ ਮੁੜੇ ਆਉਂਦੇ ਹੈਗੀ ਜ਼ਰੂਰਤ ਤੇ ਗੱਲ ਕਰ ਲੈਣਗੇ ਕਿ ਸਾਡੇ ਪੰਜਾਬੀ ਬੋਲਦੇ ਇਲਾਕੇ ਦਿਓ ਸਾਡੇ ਪਾਣੀ ਕੋਏ ਗਏ ਉਹ ਦਿਓ ਸਾਡੀ ਰਾਜਧਾਨੀ ਸਾਨੂੰ ਮਿਲੀ ਨੀ ਉਹ ਦਿਓ ਆ 50 ਕਿਲੋਮੀਟਰ ਦਾ ਏਰੀਆ ਤੁਸੀਂ BSF ਅਧੀਨ ਕਰਤਾ ਕਿਉਂ ਕੀਤਾ ਕਰ ਲੈਣਗੇ ਗੱਲ ਹੈ ਜ਼ਰੂਰਤ ਇਹਨਾਂ ਕੋਲੇ ਗੱਲਾਂ ਪੰਜਾਬ ਦੀਆਂ ਬੱਸਾਂ ਦਿੱਲੀ ਜਾਇਆ ਕਰਨਗੀਆਂ ਇਹ ਬਹੁਤ ਵੱਡਾ ਇਨਕਲਾਬੀ ਫੈਸਲਾ ਰੇਹੜੀਆਂ ਖੋਲੋ ਬੰਦ ਕਰ ਦੋ ਰੇਹੜੀਆਂ ਬਹੁਤ ਵੱਡਾ ਕ੍ਰਾਂਤੀਕਾਰੀ ਫੈਸਲਾ ਸਿਕਿਉਰਿਟੀਆਂ ਵਾਪਸ ਲੈ ਲਓ ਉਹ ਚ ਵਾਹ ਵਾਹ ਖੱਟਣ ਦੀ ਖਾਤਰ ਰੌਲਾ ਪਾ ਦੋ ਮੀਡੀਆ ਚ ਮੂਸੇਵਾਲ ਦਾ ਕਤਲ ਹੋ ਜਾਂਦਾ ਇਹ ਫੈਸਲੇ ਹੈ ਅਸਲ ਮੁੱਦੇ ਕਿੱਥੇ ਨੇ ਯਾਰ ਅਸਲ ਮੁੱਦੇ ਸਾਡੇ ਕੋਲ 15 ਸਾਲ ਦਾ ਪਾਣੀ ਬਚਿਆ
सरकार क्यों नहीं गल कहती, क्यों नहीं साडे लोग, मैं कहा लोग भी जिम्मेदार है। 15 साल बाद पंजाब ने रेगिस्तान मरुस्थल बन जाना, बंजर हो जाने धरती पंजाब की, क्यों नहीं सुट के आवाज उठाते, क्यों नहीं सरकार कह दी झोने का बदल देवे, झोना बंद करो, झोना लगना 10 फुट पानी थले होर चले जाना। साडे कोले 15 साल की कहानी है पंजाबी, साडी 15 साल की जिंदगी है पंजाब कोले बची, साडे तो कोई है चेहरे उत्ते कोई फिक्र, कोई चिंता, कोई चिंतन, कोई असी विचारा करते हो गए, कोई सरकार इस्तवार करते हो गए कि साडा पानी बचा लो यार। साडी जवानी बाहरले मुल्कां नूं भज चली, पंजाब खाली हो रहा है, यूनिवर्सिटियां कालज सत्था ग्राउंड सब खाली हो गए, चार छपरे सुन पसर गई, कोई है फिक्र कि 15 साल बाद पंजाब किहो जिहा पंजाब होगा, किहो जिही तस्वीर होगी उस पंजाब की। ए असल मुद्दे जिहड़ा भवंत कहिंदा है कि अंग्रेज नौकरी करना है करनगे, मैं पुछना चाहना है अज मैनू 1.5 महीना हो गया लगातार मैं इसे भवंत मान नूं मिलण दा समां मंग रिहा, जिहड़े गल्लां नूं लैके मैं चन्नी नूं मिलिया सी कि पंजाब दीआं नौकरियां पंजाब नूं दिओ, इसे भवंत ने इसे पार्टी ने मेरे बयान की प्रोड़ता की सी कि हां लखा सही गल कहदा है, सरकारी नौकरी होवे जां प्राइवेट होवे पंजाबियों नूं मिलनी चाहीदी है। 26,000 नौकरी कहदे देवांगे, 15,000 बाहरला बंदा आके बैठूगा, मेरी गल याद रख ले। अंग्रेज तां आणे नहीं, उह तां भुल जाओ, हिमाचल आऊगा, बिहार आऊगा, बंगाल आऊगा, मध्य प्रदेश आंध्रा प्रदेश आऊगा। 300 बंदे का मुद्दा चके, मैं 300 बंदे का मगर 300 बंदा बादल ने कैप्टन ने भर्ती किया सीएम सिक्योरिटी के बच्चे, सीधे 47 इंस्पेक्टर भर्ती, 5 डीएसपी भर्ती, 300 बंदा मर्ज कर दिता गया पंजाब पुलिस के बच्चे, मखा कढ़िया जाए। यही भगवंत कहना सीगा कि लखा सही बोलदा, अज उही 300 बंदा भगवंत नाल, भगवंतरी भैन जी दे नाल, भगवंतरे भणोईए दे नाल, भगवंतरे ओएसपी दे नाल चलदा। ਕਿੱਥੇ ਗਏ ਫਿਰ ਬਦਲਾਅ ਵਾਲੇ ਤੇ ਇਨਕਲਾਬ ਵਾਲੇ ਗੱਲਾਂ ਕਰਨ ਵਾਲੇ ਕਿ ਅਸੀਂ ਪੰਜਾਬ ਅੱਛੇ ਲਈ ਫਿਰਦੇ ਹਾਂ। ਬਹੁਤ ਵੱਡਾ ਦਰਦ ਹੈ ਦਿਲ ਚ ਵਸਦਾ, ਪੰਜਾਬ ਸਾਡੇ ਕਲਾਕਾਰ ਹੈ, ਸ਼ਬਦਾਂ ਦੇ ਜਾਦੂਗਰ ਨੇ, ਸ਼ਬਦਾਂ ਦਾ ਜਾਲ ਪਾਉਣਾ ਜਾਣਦੇ ਹੈ, ਲੋਕਾਂ ਨੂੰ ਗੁੰਮਰਾਹ ਕਰਨਾ ਜਾਣਦੇ ਹੈ, ਤੇ ਜਾ ਕੇ ਕਹਿ ਦਿੰਦੇ ਨਾ ਸੱਤਾਂ 'ਚ ਖੜ ਕੇ ਲੋਕਾਂ 'ਚ ਖੜ ਕੇ ਕਿ ਦੇਖੋ ਜੀ ਮੈਂ ਇੱਕ ਮਾਸਟਰ ਦਾ ਮੁੰਡਾ, ਮੈਂ ਕਾਮ ਘਰ ਦਾ ਮੁੰਡਾ, ਇਹ ਘਰਾਣੇ ਤਕੜੇ ਨੇ, ਇਹਨਾਂ ਨੂੰ ਬਰਦਾਸ਼ਤ ਨੇ, ਇਹਨਾਂ ਨੂੰ ਚੁਭਦਾ ਕਿ ਕਾਮ ਘਰ ਦਾ ਮੁੰਡਾ ਮੁੱਖ ਮੰਤਰੀ ਕਿਵੇਂ ਬਣ ਗਿਆ, ਲੋਕ ਆਉਣ ਲੱਗਦਾ ਵੀ ਹਾਂ ਯਾਰ ਸੱਚੋ ਹੀ ਲੱਗਦੇ ਆ। ਤੇ ਇਹ ਹੈ ਸ਼ਬਦਾਂ ਦੀ ਖੇਡ, ਇਹ ਕਿਵੇਂ ਸ਼ਬਦਾਂ ਨਾਲ ਖੇਡਿਆ ਜਾ ਰਿਹਾ। ਆਈ ਟੀ ਸੈੱਲ 70 ਬੰਦਿਆਂ ਦੀ ਟੀਮ ਆ, 17 ਬੰਦਿਆਂ ਦੀ ਟੀਮ ਹੈ ਇਹਨਾਂ ਕੋਲ, ਜਿਹੜੀ ਦਿੱਲੀ ਤੋਂ ਰਾਘਵ ਚੱਢਾ ਲੈ ਕੇ ਆਇਆ, ਸਰਕਾਰੀ 1,00,000 ਰੁਪਏ ਇੱਕ ਬੰਦੇ ਦੀ ਤਨਖਾਹ ਹੈ, ਚੰਡੀਗੜ੍ਹ ਰਹਿਸ਼ਾਂ ਨੇ ਸਰਕਾਰੀ। ਮੇਰੇ ਵਰਗਾ ਕੋਈ ਆਲੋਚਨਾ ਕਰਦਾ, ਕੋਈ ਸਵਾਲ ਪੁੱਛਦਾ ਤੁਹਾਡੇ ਵਰਗਾ, ਉਹਦੇ ਖਿਲਾਫ ਗਾਲਾਂ ਦੀ ਝੜੀ ਲਾ ਦਿੰਦੇ ਆ ਫੇਸਬੁੱਕਾਂ ਦੇ ਉੱਤੇ, ਸੋਸ਼ਲ ਮੀਡੀਆ ਦੇ ਉੱਤੇ। ਆਪਦੀ ਕੋਈ ਹੱਕ ਦੀ ਗੱਲ ਹੁੰਦੀ ਹੈ, ਉਹਦੇ ਹੱਕ 'ਚ ਲਿਖਦੇ ਆ। ਸਾਰੇ ਲੋਕਾਂ ਨੂੰ ਲੱਗਦਾ ਕਿ ਸਾਰਾ ਪੰਜਾਬ ਝਾੜੂ ਨਾਲ ਹੈ, ਸਾਰਾ ਪੰਜਾਬ ਬੌਕਲਾਂ ਨਾਲ ਹੈ। ਫਿਰ ਜੇ ਸਾਰਾ ਪੰਜਾਬ ਤੁਹਾਡੇ ਨਾਲ ਹੈ, ਪਲਾਓ ਸੱਥਾਂ 'ਚ ਖੜ ਕੇ ਲੋਕਾਂ ਦੇ ਸਵਾਲਾਂ ਦੇ ਜਵਾਬ ਦਿਓ। ਹੈ ਹਿੰਮਤ ਖੜ ਜਾਂਦੇ ਸਾਜ ਦੀ, ਖੜ ਜਾਂਦੇ ਉੱਤੇ ਕਿਹੜੇ ਪਿੰਡ ਦੇ ਵਿੱਚ ਦੇ ਲੋਕ ਹੱਥ ਮਾਰਦੇ ਸੀ ਭਗਵੰਤ ਨੂੰ ਜਾਂਦੇ ਨੂੰ, ਜਿਹਦੇ ਕਾਫਲਾ ਲਈ ਫਿਰਦਾ ਸੀ, ਝਾੜੋ ਪਿੰਡ ਖੜ ਕੇ ਦੇਣ ਦਾ ਜਵਾਬ ਵੀ ਮੈਂ ਖੜਾ ਭਾਈ ਹਾਂ, ਖੜੂ ਦਾ ਹੈ ਚੋਕ ਕੇ ਉਹ ਉਰੇ ਵੀ ਨਹੀਂ ਖੜਾ ਕਰ ਲੋ ਤੇ ਦੇਖੋ ਦੇਖੋ ਇੱਕ ਗੱਲ, ਅਸੀਂ 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 ਉਹਨਾਂ ਚੋਂ ਨਹੀਂ ਆ ਕਿ ਅਸੀਂ ਕਿਸੇ ਨੂੰ ਨਿੰਦਣਾ ਹੀ ਆ ਜਾਂ ਕਿਸੇ ਦੇ ਖਿਲਾਫ਼ ਰਾਪੇ ਕੰਡੇ ਕਰਨਾ। ਜੇ ਭਗਵੰਤ ਲੋਕ ਸਭਾ ਬੋਲਿਆ ਤਾਂ ਅਸੀਂ ਉਸ ਗੱਲ ਦੀ ਤਾਰੀਫ਼ ਕਰਦੇ ਹਾਂ। ਤੁਸੀਂ ਭੇਜਿਆ ਸੰਗਰੂਰ ਵਾਲਿਓ, ਤਾਂ ਜਿਹੜੇ ਮੁੱਦੇ ਭਗਵੰਤ ਨੇ ਲਗਾਤਾਰ ਉਠਾਏ ਉਹਨਾਂ 13 ਬੰਦਾਂ ਦੇ ਵਿੱਚ ਇੱਕ ਵਾਹਦ ਭਗਵੰਤ ਮਾਨ ਸੀਗਾ ਜਿਹਨੇ ਲਗਾਤਾਰ ਪੰਜਾਬ ਦੇ ਹੱਕਾਂ ਦੀ ਗੱਲ ਕੀਤੀ, ਹਿੱਕ ਠੋਕ ਕੇ ਕੀਤੀ। ਇਸ ਗੱਲ ਲਈ ਭਵੰਸਿਆਂ ਤੇਰੀ ਤਾਰੀਫ ਵੀ ਕਰਦੇ ਆ, ਪਰ ਅੱਜ ਉਹ ਭਵੰਤ ਰਿਹਾ ਨਹੀਂ। ਅੱਜ ਉਹ ਕੇਜਰੀਵਾਲ ਦੇ ਥੱਲੇ ਹੈ, ਅੱਜ ਉਹ ਰਾਵ ਕੱਢੇ ਦੇ ਥੱਲੇ ਹੈ, ਤੇ ਨਹੀਂ ਤਾਂ ਆਪਣੇ 7 ਬੰਦੇ ਭੇਜਣ ਤੇ ਰੌਲਾ ਪਾਉਂਦਾ ਕਿ ਇੱਕ ਬੰਦਾ ਦਾ ਪੰਜਾਬ ਦੇ ਹੱਕ ਦਾ ਭੇਜ ਦਿਓ, ਕੋਈ ਬੰਦਾ ਨਾ ਪੰਜਾਬ ਦੀ ਗੱਲ ਕਰਦੇ। ਬੀਬੀ ਖਾਲਣਾ ਕਹਿੰਦੇ ਉਹ ਭੁੱਲ ਗਿਆ, ਉਹੀ ਭਵੰਤ ਹਾਂ ਜਿਹੜਾ ਕਹਿੰਦਾ ਸੀ ਬੀਬੀ ਖਾਲਣਾ ਨੂੰ ਰਾਜ ਸਭਾ ਭੇਜੋ,
ਕਿੱਥੇ ਉਹਨਾਂ ਦੇ ਵਿੱਚੋਂ ਇੱਕ ਬੀਬੀ ਖਾਲਾ ਹੀ ਭੇਜ ਦਿੰਦੇ ਆ। ਸੋ ਇਹਨਾਂ ਦੀਆਂ ਕਹਿਣ ਦੀਆਂ ਹੋਰ ਨੇ, ਕਮਾਉਣ ਦੀਆਂ ਹੋਰ ਆ, ਜਦੋਂ ਪਾਵਰ ਚ ਹੁੰਦੇ ਆ ਹੋਰ ਨੇ, ਪਾਵਰ ਤੋਂ ਬਾਹਰ ਹੁੰਦੇ ਆ। ਆਪਾਂ ਆਪਾਂ ਦੇਖਦੇ ਹਾਂ ਜਿੱਦੇ ਪਾਵਰ ਚ ਰਹੇ ਆ, ਕੁਰਸੀ ਦੇ ਉੱਤੇ ਬੈਠੇ ਰਹੇ ਆ, ਨਾ ਪੰਥ ਯਾਦ, ਨਾ ਕੌਮ ਯਾਦ, ਨਾ ਬੰਦੀ ਸਿੰਘ ਯਾਦ, ਨਾ ਪੰਜਾਬ ਯਾਦ। ਜਿੱਦੇ ਪਾਸੇ ਹੋ ਗਏ ਉਹਦੀ ਪੰਥ ਯਾਦ ਆ ਜਾਂਦਾ, ਉਹਦੀ ਕੌਮ ਯਾਦ, ਉਹਦੇ ਪੰਜਾਬ ਯਾਦ। ਇਹ ਸਾਰਿਆਂ ਦਾ ਹਾਲ ਇਹੀ ਹੈ। ਬਹਿਣ ਆਪਾਂ ਨੂੰ ਬਸ ਸਾਨੂੰ ਇੰਨਾ ਕਹਿ ਬਾਲਾਂ ਦਾ ਬਹਿਣ ਨਿਕਲ ਗਿਆ ਤਾਂ ਨਵੀਂ ਨਿਆਂ ਚ ਨਿਕਲ ਗਿਆ ਨਾ। ਬੌਕਰ ਬੌਕਰ ਤੁਸੀਂ ਵੀ ਕਰਦੇ ਸੀ, ਇਹ ਮੈਂ ਗੱਲ ਪਹਿਲਾਂ ਕਹਿੰਦੀ। ਮੈਨੂੰ ਬਹੁਤ ਗਾਲਾਂ ਕੱਢਦੇ ਲੋਕ ਕਿ ਬਾਈ ਤੂੰ ਐਂ ਕਰਦਾ, ਤੂੰ ਐਂ ਕਰਦਾ। ਮੈਂ ਕਿਹਾ ਮੈਂ ਇਹਨਾਂ ਦੇ ਵਿੱਚ ਹੀ ਰਿਹਾ, ਮੈਨੂੰ ਪਤਾ ਇਹਨਾਂ ਦੀਆਂ ਨੀਤੀਆਂ ਦਾ। ਕਿਉਂ ਨੀ ਅਸੀਂ ਇਹਨਾਂ ਦੇ ਵਿੱਚ ਆ ਸਕੇ? ਇਹ ਤਾਂ ਜ਼ੋਰ ਲਾਉਂਦੇ ਆ। ਸਾਨੂੰ ਪਤਾ ਵੀ ਦਿੱਲੀ ਵਾਲਿਆਂ ਨੇ ਕਦੇ ਪੰਜਾਬ ਦੀ ਭਲੀ ਨੀ ਕੀਤੀ, ਨਾ ਕਰਨੀ ਹੈ। ਜਿਹੜੀਆਂ ਨੀਤੀਆਂ ਦਿੱਲੀ ਤੋਂ ਲਾਗੂ ਹੋਣਗੀਆਂ, ਐਵੇਂ ਨੀ ਉੱਥੇ ਮਮਤਾ ਬਨਰਜੀ ਵਰਗੀਆਂ, ਮੋਦੀ ਵਰਗਿਆਂ ਦੇ ਮੂਹਰੇ ਹਿੱਕਣਾ ਵੀ ਗੱਲਾਂ ਕਰਦੀਆਂ। ਉਹ ਹੁੰਦੀ ਆ ਆਪਦੇ ਲੋਕਾਂ ਆਪਦੇ ਸੂਬੇ ਪ੍ਰਤੀ ਇਮਾਨਦਾਰੀ ਵਫਾਦਾਰੀ, ਉਹ ਹਾਰਨ ਵਾਲੀ ਗੱਲ। ਇਹ ਅੜਕੇ ਦਿਖਾਉਣਾ, ਨਾ ਕਦੇ ਬਾਦਲ ਵਾਲੇ ਆ, ਨਾ ਕਦੇ ਕੈਪਟਨ ਵਰਗੇ ਵਾਲੇ ਆ, ਚੰਨੀ ਵਰਗੇ, ਨਾ ਇਹ ਹਟ ਸਕੇ। ਯਾਦ ਰੱਖਿਓ ਮੇਰੀ ਗੱਲ, ਅੱਜ ਕਹਿ ਕੇ ਜਾਂਦਾ ਸਭ ਤੋਂ ਨਿਕੰਮਾ ਮੁੱਖ ਮੰਤਰੀ ਸਾਬਤ ਹੋਊਗਾ ਪੰਜਾਬ ਦਾ, ਮੇਰੀ ਗੱਲ ਯਾਦ ਰੱਖਿਓ, ਕਿਉਂਕਿ ਉਹ ਸਟੈਂਡ ਹੀ ਹੈ। ਬਸ ਉਹ ਕੋਈ ਮੁੱਖ ਮੰਤਰੀ ਤੇ ਕੋਈ ਮੰਤਰੀ ਤੇ ਕੋਈ MLA ਬਣਨਾ ਸੀ, ਉਹ ਬਣ ਗਿਆ ਬਾਈ। ਸੋ ਇਸ ਕਰਕੇ ਬਾਈ ਤੁਹਾਡੇ ਕੋਲ ਆਏ ਆ, ਫੈਸਲਾ ਤੁਸੀਂ ਕਰਨਾ।